ਸਤ ਸ੍ਰੀ ਅਕਾਲ ਮੇਰੇ ਸਾਰੇ ਦੋਸਤਾਂ ਤੇ ਵੀਰਾਂ ਨੂੰ ਵੀਰ ਜੀ ਅਸੀਂ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਇਸ ਟਰੈਕਟਰ ਦੇ ਬਾਰੇ ਪੂਰੀ ਦੀ ਪੂਰੀ ਜਾਣਕਾਰੀ A to Z ਦੇਵਾਂਗੇ ਸਾਡੀ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਓ ਜੇਕਰ ਪੂਰੀ ਨੋਲੇਜ ਲੈਣੀ ਹੈ ਇਸ ਟਰੈਕਟਰ ਦੇ ਬਾਰੇ ਲੋਕ ਤੁਸੀਂ ਦੇਖ ਸਕਦੇ ਹੋ ਜਿਵੇਂ ਕਾਰ ਦੀ ਸਟੀering ਅਸੈਂਬਲੀ ਅਸੀਂ ਲਾਉਣੀ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਜਿੰਨੇ ਵੀ ਫਿਲਟਰ ਲੱਗੇ ਹੁੰਦੇ ਹਰੇਕ ਟਰੈਕਟਰ ਦੇ ਬਾਕਾਇਦਾ ਉਹਦਾਂ ਦੇ ਡੈਕੋਰੇਸ਼ਨ ਕਰਕੇ ਲਾਉਨੇ ਆ ਕਾਰਨ ਕੀ ਹੈ ਕਿ ਸਾਡਾ ਕੰਮ ਆਰਡਰ ਦਾ ਜਿਸ ਵੀ ਕਿਸੇ ਟਰੈਕਟਰ ਦਾ ਸਾਡੇ ਕੋਲ ਆਰਡਰ ਬੁੱਕ ਹੁੰਦਾ ਹੈ ਅਸੀਂ ਉਸ ਦੀ ਰੀਅਲ ਕਾਪੀ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਜਿਸ ਤਰ੍ਹਾਂ ਟਰੈਕਟਰ ਦੀ ਬਣਾਵਟ ਹੁੰਦੀ ਹੈ ਬਿਲਕੁਲ ਉਸੇ ਤਰ੍ਹਾਂ ਹੀ ਤੁਹਾਨੂੰ ਦੱਸ ਦਈਏ ਕਿ ਇਸ ਟਰੈਕਟਰ ਦਾ ਵਜ਼ਨ ਤਕਰੀਬਨ 1 ਕਵਾਂਟਲ 45 ਕਿਜੀ ਹੈ 1 ਕਵਾਂਟਲ ਵਜ਼ਨ ਖਿੱਚਣ ਦੀ ਸ਼ਕਤੀ ਹੈ ਇਸ ਮੋਟਰ ਗੱਟ ਦੀ ਡੀਸੀ 48 ਵੋਲਟ 750 ਵਟ ਮੋਟਰ ਦੇ ਤਿਆਰ ਕੀਤਾ ਗਿਆ ਹੈ ਬਕਾਇਦਾ ਡਿਸਕ ਬ੍ਰੇਕਾਂ ਦਿੱਤੀਆਂ ਗਈਆਂ नीचे एक कच्ची मोटी ऐसी शावड़ ਦਿੱਤੀ ਗਈ ਹੈ 베어링 ਵਗੈਰਾ ਵਿੱਚ ਪਾ ਕੇ ਫੱਟੀ ਟਾਪ ਲਿੰਕ ਕਿੱਲੀ ਨਾਲ ਦਿੰਦੇ ਆ ਬੈਕ ਸਾਈਡ ਤੇ ਸੀਟ ਦੇ ਉੱਪਰ ਬੱਚੇ ਦਾ ਨਾਮ ਲਿਖਿਆ ਜਾਂਦਾ ਆ ਸਾਡੇ ਨੰਬਰ ਦਿੱਤੇ ਗਏ ਜੀ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਸਬਸਕ੍ਰਾਈਬ ਕਰੋ ਤੇ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪਤਾ ਲੱਗੇ ਕਿ ਇਦਾਂ ਦੀ ਮਿਹਨਤ ਕਰਨ ਵਾਲੇ ਬੰਦੇ ਵੀ ਬੈਠੇ ਹੋਏ ਆ ਆ ਦੇਖ ਸਕਦੇ ਹੋ ਤੁਸੀਂ ਪੂਰੀ ਰੀਅਲ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਟਰੈਕਟਰ ਦੀ ਇਹ ਟਰੈਕਟਰ ਤਕਰੀਬਨ 10 ਤੋਂ 15 ਕਿਲੋਮੀਟਰ ਦੂਰੀ ਤੈਅ ਕਰਦਾ ਜੀ ਚਾਰਜ ਹੋਣ ਤੋਂ ਬਾਅਦ ਪੂਰਾ ਹੈਵੀ ਕੁਆਲਟੀ ਦਾ ਬੰਪਰ ਦਿੱਤਾ ਗਿਆ ਹੈ ਕਾਫੀ ਜ਼ਿਆਦਾ ਚੇਂजेस ਕੀਤੀ ਗਿਆ ਪਹਿਲਾਂ ਵਾਲੇ ਮਾਡਲਾਂ ਦੇ ਵਿੱਚੋਂ ਅਸੀਂ ਸਟੀering ਜੋਗੀ ਵੀਲ ਹੈ ਉਹ ਵੀ ਅਸੀਂ ਅੱਜ ਇਸ ਤੋਂ ਬਾਅਦ ਨਵੇਂ ਮਾਡਲ ਦੇ ਵਿੱਚ ਲਾਉਣ ਦੀ ਕੋਸ਼ਿਸ਼ ਕਰਾਂਗੇ ਉੱਪਰ ਫਾਈਬਰ ਛਤਰੀ ਤੇ 6 ਇੰਚੀ ਬਫਰ ਦਿੱਤਾ ਗਿਆ ਜੀ 44 40 ਦੀ ਕਿੱਟ ਦੇ ਰਹੀਂ ਵੱਡਾ ਦਿੱਕਤ ਦਿੱਤਾ ਗਿਆ ਪੂਰੀ ਸੋਹਣੀ ਆਵਾਜ਼ ਹੁੰਦੀ ਐ ਇਸ ਡਿੱਕ ਦੀ ਤੇ ਛਤਰੀ ਉੱਪਰ ਪੂਰੀ ਹੈਵੀ ਕੁਆਲਿਟੀ ਦੀ ਲੋਹੇ ਦੀ ਬਣਾ ਕੇ ਲਾਉਣੇ ਹੁੰਦੇ ਆ ਸੀ ਤਾਂ ਕਿ ਇਸ ਦੇ ਉੱਪਰ ਜੇਕਰ ਵਜ਼ਨ ਵੀ ਦਿੱਤਾ ਜਾਵੇ ਤਾਂ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਲਗੀ ਨਾਈਟ ਵੀਡੀਓ ਤੁਹਾਨੂੰ ਦਿਖਾਵਾਂਗੇ ਜਿੱਦੇ ਵਿੱਚ ਪੂਰੇ LED ਲਾਈਟਾਂ ਕਿਸ ਤੱਕਾਂ ਚੱਲਦੀਆਂ ਆ ਆ ਸਟਿੱਕਰ ਵਗੈਰਾ ਉੱਪਰ ਜੋ ਵੀ ਟਰੈਕਟਰ ਤੋਂ ਇਲਾਵਾ ਜੋ ਲੱਗਣੇ ਹੁੰਦੇ ਆ ਉਹ ਕਸਟਮਰ ਦੀ ਡਿਮਾਂਡ ਦੇ ਉੱਪਰ ਆ ਜਿਸ ਤੱਕਾਂ ਦੇ ਵਿੱਚ ਸਟਿੱਕਰ ਅਗਲਾ ਕੋਸਤ ਤੱਕਾਂ ਦੇ ਲਾਏ ਜਾਂਦੇ ਆ ਜੀ ਅਗਲੇ 408 ਨੰਬਰ ਟਾਇਰ ਟਰੈਕਟਰ ਗੁੱਡੀ ਤੇ ਪਿੱਛੇ ਵਾਲੇ 612 ਨੰਬਰ ਟਾਇਰ ਆਲਟੋ ਕਾਰ ਦੇ ਰੰਗਾਂ ਦੇ ਉੱਪਰ ਜਿਹਦੇ ਵਿੱਚ ਜੇ ਤੁਹਾਨੂੰ ਚਾਹੀਦੇ ਹੁਣ ਤਾਂ ਤੁਸੀਂ ਅਲਾਈ ਵੀਲ ਵੀ ਲੈ ਸਕਦੇ ਐਕਸੀਲੇਟਰ ਦੇਖ ਸਕਦੇ ਹੋ ਤੁਸੀਂ ਪੂਰੇ ਵਧੀਆ ਤਰੀਕੇ ਦੇ ਨਾਲ ਤੇ ਆਟੋ ਕੱਟ ਮੋਟਰ ਕਿੱਟ ਦੇ ਨਾਲ ਟਰੈਕਟਰ ਤਿਆਰ ਕੀਤਾ ਗਿਆ ਹੈ ਸੈਂਸਰ ਵਾਲੀ ਰੇਸ ਤੇ ਸੈਂਸਰ ਵਾਲੇ ਬ੍ਰੇਕ ਇਸ ਟਰੈਕਟਰ ਦਿੱਤੇ ਗਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨਾ ਵੀ ਹੋ ਸਕੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਕੀ ਆਏ ਬਰੀਕ ਦਿੱਤਾ ਗਿਆ ਲੀਵਰ ਦੇਖ ਸਕਦੇ ਹੋ ਤੁਸੀਂ ਲਿਫਟ ਲੀਵਰ ਤੇ ਆਹ ਤੁਸੀਂ ਕਟਾਈ ਦੇਖ ਸਕਦੇ ਖੜੇ ਟਰੈਕਟਰ ਦੀ ਪੂਰੇ ਵਧੀਆ ਤਰੀਕੇ ਦੇ ਨਾਲ ਕਟਾਈ ਹੁੰਦੀ ਹੈ ਜੀ ਬੱਚਾ ਪੂਰੇ ਵਧੀਆ ਸੋਕੇ ਤਰੀਕੇ ਦੇ ਨਾਲ ਮੋੜ ਸਕਦਾ ਟਰੈਕਟਰ ਨੂੰ ਅਗਲਾ ਹਿੱਸਾ ਬਿਲਕੁਲ ਜਿੰਨ ਹਿੱਸਾ ਦਿੱਤਾ ਗਿਆ ਸਪਿੰਡਲ ਸਿਸਟਮ ਤੇ 베ਰਿੰਗ ਵਗੈਰਾ ਵਿੱਚ ਪਾਏ ਹੋਏ ਨੇ ਤੇ ਵਿਚਾਲੇ ਹਿੱਸੇ ਦੇ ਵਿੱਚ ਸੈਂਟਰ ਪਿੰਡ ਦਿੱਤੀ ਗਈ ਹੈ ਪਾਇਰ ਦੇਖ ਸਕਦੇ ਹੋ ਤੁਸੀਂ ਅਗਲੇ ਵੀ ਟਰੈਕਟਰ ਗੱਡੀ ਦੇ ਵਿੱਚ ਤੇ ਪਿੱਛੇ ਵਾਲੀ ਵੀ ਟਰੈਕਟਰ ਗੱਡੀ ਦੇ ਵਿੱਚ 408 ਨੰਬਰ ਲੋਕਲ ਕੰਪਨੀ ਦੇ ਤੇ ਆ 612 ਨੰਬਰ ਦੇਖ ਸਕਦੇ ਹੋ ਜੀ ਇਹਦੇ ਵਿੱਚ ਤੁਹਾਨੂੰ ਸੀਐਟ ਦੀ ਕੰਪਨੀ ਦੇ ਟਾਇਰ ਵੀ ਮਿਲ ਜਾਣਗੇ ਆ ਦੇਖੋ LED ਇੰਡੀਕੇਟਰ ਵਗੈਰਾ ਦੀ ਫਿਟਿੰਗ ਕਿਸ ਤਰ੍ਹਾਂ ਕੀਤੀ ਗਿਆ ਪੂਰੇ ਵਧੀਆ ਤਰੀਕੇ ਦੇ ਨਾਲ ਤੇ ਬਾਕੀ ਆ ਮੀਟਰ ਦੇਖ ਸਕਦੇ ਹੋ ਤੁਸੀਂ ਜਿਵੇਂ ਚਾਬੀ ਲਾਉਣ ਤੋਂ ਬਾਅਦ ਮੀਟਰ ਆਉਣ ਹੋ ਜਾਂਦਾ ਹੈ ਜਿਸ ਤੱਕ ਇਸ ਦੀ ਬੈਟਰੀਆਂ ਲੋ ਹੁੰਦੀਆਂ ਜਾਣੀਆਂ ਤਾਂ ਉਹ ਬੱਲਬ ਜੋ ਦਿੱਤੇ ਗਏ ਉਹ ਬੰਦ ਹੁੰਦੇ ਜਾਣਗੇ ਬਾਕੀ ਇੱਕ ਕੰਟਰੋਲ ਦਿੱਤੇ ਗਿਆ ਸਾਰੇ ਬਾਕੀ ਇੱਥੇ ਮੀਡ ਸਿਸਟਮ ਚਾਲੂ ਹੈ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਆਵਾਜ਼ ਹੈ ਡੱਕ ਦੀ ਤੇ ਆ ਇੰਡੀਕੇਟਰ ਦੇਖ ਸਕਦੇ ਹੋ ਤੇ ਆ ਨੀਚੇ ਇੱਕ LED ਲਾਈਟ ਨੀਚੇ ਵੀ ਲਾਉਣੀ ਹੁੰਦੀ ਹੁੰਦਾ ਸੀ ਨਾਈਟ ਨੂੰ ਪੂਰਾ ਪਤਾ ਲੱਗਦਾ ਜੀ ਇਸ ਚੀਜ਼ ਦਾ ਪੂਰਾ ਹੈਵੀ ਕੁਆਲਟੀ ਦਾ ਸਮਾਨ ਇੱਕ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਫਰੰਟ LED ਲਾਈਟਾਂ ਤਕਰੀਬਨ 100 ਫੁੱਟ ਤੱਕ 150 ਫੁੱਟ ਤੱਕ ਪੂਰੀ ਇਹਦੀ ਰੋਸ਼ਨੀ ਹੁੰਦੀ ਹੈ ਜੀ ਰਾਤ ਨੂੰ ਬਾਕੀ ਸਾਡੀ ਕੰਪਨੀ ਦਾ VTA ਗਰੁੱਪ ਦਾ ਲੋਗੋ ਸੀ ਬਕੈਦਾ ਉੱਪਰ ਲਾਇਆ ਹੁੰਦਾ ਸਾਡਾ ਬਾਕੀ ਲੁੱਕ ਦੇਖ ਸਕਦੇ ਹੋ ਕਿਸੇ ਵੀ ਟਰੈਕਟਰ ਦੀ ਰੀਅਲ ਕਾਪੀ ਕਰਵਾਓ ਕੋਈ ਦਿੱਕਤ ਵਾਲੀ ਗੱਲ ਨਹੀਂ ਗਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਰੇ ਵੀਰਾਂ ਦਾ ਤਹਿ ਦਿਲ ਤੋਂ ਸਾਡੀ ਕੰਪਨੀ ਵੱਲੋਂ ਸਾਡੇ ਗਰੁੱਪ ਵੱਲੋਂ ਸੋ ਥੈਂਕ ਯੂ ਥੈਂਕ ਯੂ ਥੈਂਕ ਯੂ